ਮੈਨੂੰ ਤਾਂ ਮੰਮੀ ਨੇ ਪਹਿਲਾਂ ਹੀ ਦੱਸਤਾ ਸੀ ਜਿਹੜਾ ਤੁਹਾਡਾ ਜੀਜਾ ਬੜਾ ਮਜ਼ਾਕ ਹੈ ਉਹਦੀ ਕਿਸੇ ਗੱਲ ਦਾ ਗੁੱਸਾ ਨਾ ਕਰਿਓ। ਅੱਛਾ ਜੀਜਾ ਜੀ ਤੁਹਾਨੂੰ ਪਤਾ ਮੈਂ ਤੁਹਾਡੇ ਕੋਲ ਕੀ ਕਰਨ ਆਈ ਆ ਜੇ ਪਤਾ ਹੁੰਦਾ ਅਰੇਂਜਮੈਂਟ ਨਾ ਕਰਦੇ ਉਹ ਕੋਕਾ ਕੋਲੇ ਮੰਗਾ ਲੈਂਦੇ ਜੇ ਲੈਮਕਾ ਨਹੀਂ ਮਿਲਿਆ ਸੀ। ਜੀਜੇ ਜੀ ਜਿਹੜੀ ਗੱਲ ਮੈਂ ਕਰਦੀ ਹਾਂ ਉਹ ਦੱਸੋ ਕੁੜੀ ਲੈ ਕੇ ਜਾਣੀ ਹੈ ਮਸੀਂ ਦਾ ਰਿਸ਼ਤਾ ਹੋਇਆ ਸਾਡਾ। ਠੀਕ ਹੈ ਜੀ ਜੀਜਾ ਜੀ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਪਾਉਣ ਵਾਸਤੇ ਆਈ ਹਾਂ ਛੰਨ ਹੈ ਮੈਂ ਤੁਹਾਨੂੰ ਛੰਨ ਪਾਉਣ ਵਾਸਤੇ ਆਈ ਹਾਂ ਪਾਓ ਨਹੀਂ ਨਹੀਂ ਪਹਿਲਾਂ ਤੁਸੀਂ ਪਾਓ ਨਾ ਚੰਗਾ ਨਹੀਂ ਲੱਗਦਾ ਦੇਖੋ ਪਿੰਡ ਦੇ ਮੁੰਡਿਓ ਮੇਰੇ ਜੀਜੇ ਦੀ ਬਾਂਦਰ ਵਰਗੀ ਪੁੱਤੀ ਤੁਸੀਂ ਸਮਝਦੇ ਕੀ ਹੋ ਆਪਣੇ ਆਪ ਨੂੰ ਮੈਂ ਆਪਣਾ ਬੰਦਾ ਸਮਝਦਾ ਤੁਹਾਡਿਆਂ ਨੂੰ ਥੋੜਾ ਹਾਏ 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 ਪਹਿਲੀ ਵੀ ਇੱਕ ਸ਼ੇਰ ਦਾ ਜਵਾਬ ਦੇ ਦਿਓ ਹਾਂਜੀ ਮੈਨੂੰ ਇੱਥੇ ਪਿਆਰ ਦੀ ਪੁੱਛ ਕੋਈ ਨਾ ਜਾ ਕੇ ਕਿੰਨੀ ਪੁੱਛ ਕਿਸ਼ ਹੁੰਦੀ ਹੈ।